और एनुअल फंक्शन के बिच भी असीं इन्हां नूं इस गल दे प्रति प्रेरित कीता कि मतलब देश भगती और सच्चाई जिहड़ी है और जिहड़ियां पखंडी चीज़ां ने पखंडी बाबे ने जां कुछ साडे इस तरह दीआं गल्लां ने जिहड़ियां वहम भरम पैदा करदियां ने। साडे कोल फैसिलिटीज़ हैगीआं लाइक डे बोर्डिंग साडा स्कूल हैगा जी ते बच्चों का होमवर्क वगैरह असीं इत्थे ही करवाने आ। तो बच्चे जिहड़े नहीं पढ़ते उन्हां नूं शाम नूं 5 बजे तक 6 बजे तक असीं इत्थे बिना किसी कीमत तो उन्हां नूं वक्खरा पढ़ाया जांदा। हरेक तरीके दे ईवेंट्स हुंदे आ जिवें हरेक स्टेट दा डांस हो गया, स्किट्स हो गईआं, सोंग परफॉर्मेंसिज हो गईआं ते इहदे विच पंजाबी कल्चर नाल वी आपां नूं जोड़दे जिवें कि हुण असीं गिद्दा करन जा रहे हां। ਬਾਬਾ ਗੰਡਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਗਣਿਆਂ ਵਿਖੇ ਸਾਲਾਨਾ ਸਮਾਗਮ ਪ੍ਰਿੰਸੀਪਲ ਮੈਡਮ ਹਰਕਮਲਜੀਤ ਕੌਰ ਦੀ ਅਗਵਾਈ 'ਚ ਕਰਵਾਇਆ ਗਿਆ ਤੇ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਬਰਜਿੰਦਰ ਸਿੰਘ ਨੇ ਕੀਤੀ। ਸਕੂਲ ਵੱਲੋਂ ਕਰਵਾਏ ਗਏ ਸਮਾਗਮ 'ਚ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੁੰਡਾ ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਪੜ੍ਹਾਈ ਦੇ ਨਾਲ ਨਾਲ ਹੋਰਨਾਂ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਨੁੱਕੜ ਨਾਟਕ, ਕੋਰੀਓਗ੍ਰਾਫੀ, ਸੋਲੋ ਗੀਤ, ਗਿੱਧਾ, ਭੰਗੜਾ ਤੇ ਮਲਵਈ ਗਿੱਧੇ ਸਮੇਤ ਵੱਖ ਵੱਖ ਨਾਚਾਂ ਦੀ ਬਾਖੂਬੀ ਬੜੀ ਹੀ ਸੋਹਣੇ ਤਰੀਕੇ ਨਾਲ ਪੇਸ਼ਕਾਰੀ ਕੀਤੀ। ਅੱਜ ਬਾਬਾ ਗੰਡਾ ਸਿੰਘ ਭਵਾਨੀ ਸੀਨੀਅਰ ਸੈਕੰਡਰੀ ਸਕੂਲ ਦਾ 15ਵਾਂ ਸਾਲਾਨਾ ਸਮਾਰੋਹ ਹੈ ਜਿਹੜਾ ਕਿ ਬੱਚਿਆਂ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ ਅਤੇ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਸਾਡਾ ਪੜ੍ਹਾਈ ਦੇ ਨਾਲ ਨਾਲ ਵੱਧ ਤੋਂ ਵੱਧ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀ ਬਾਕੀ ਜਿਹੜੀਆਂ ਸਾਡੇ ਰੋਜ਼ ਦੀਆਂ ਰਹਿਣ ਵਾਲੀਆਂ ਸਮਾਜ ਦੇ ਵਿੱਚ ਰਹਿੰਦੇ ਹਾਂ ਅਸੀਂ ਉਹਦੇ ਬਾਰੇ ਵੀ ਜਾਣਕਾਰੀ ਇਹਨਾਂ ਨੂੰ ਬੱਚਿਆਂ ਨੂੰ ਦਿੱਤੀ ਜਾਵੇ ਵੱਧ ਤੋਂ ਵੱਧ। ਸੋ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਅਸੀਂ ਕਿਸੇ ਪਾਸਿਓਂ ਬੱਚਿਆਂ ਨੂੰ ਘੱਟ ਨਾ ਰਹਿਣ ਦੇਈਏ। ਸਾਡੇ ਬੱਚੇ ਨੈਸ਼ਨਲ ਲੈਵਲ ਤੱਕ ਮਤਲਬ ਗੋਲਡ ਮੈਡਲ ਨੇ ਜਿਹੜੇ ਉਹ ਜਿੱਤ ਚੁੱਕੇ ਨੇ, ਉੱਥੇ ਪਾਰਟੀਸਪੇਟ ਉਹਨਾਂ ਨੇ ਕੀਤਾ ਹੈਗਾ। ਜ਼ਿਲ੍ਹਾ ਲੈਵਲ 'ਤੇ ਬਹੁਤ ਜ਼ਿਆਦਾ ਬੱਚੇ ਪਹੁੰਚਦੇ ਨੇ, ਜ਼ੋਨ ਲੈਵਲ 'ਤੇ ਤਾਂ ਕਬਜ਼ਾ ਹੀ ਸਾਡੇ ਸਕੂਲ ਦਾ ਹੁੰਦਾ ਲਗਭਗ। ਐਨੁਅਲ ਫੰਕਸ਼ਨ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਇਸ ਗੱਲ ਦੇ ਪ੍ਰਤੀ ਪ੍ਰੇਰਿਤ ਕੀਤਾ ਕਿ ਮਤਲਬ ਦੇਸ਼ ਭਗਤੀ ਔਰ ਸੱਚਾਈ ਜਿਹੜੀ ਹੈ ਔਰ ਜਿਹੜੀਆਂ ਪਖੰਡੀ ਚੀਜ਼ਾਂ ਨੇ, ਪਖੰਡੀ ਬਾਬੇ ਨੇ ਜਾਂ ਕੁਝ ਸਾਡੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਵਹਿਮ ਭਰਮ ਪੈਦਾ ਕਰਦੀਆਂ ਨੇ, ਉਹਨਾਂ ਤੋਂ ਬੱਚਿਆਂ ਨੂੰ ਦੂਰ ਕੀਤਾ ਜਾਵੇ। ਸਮਾਜ ਨੂੰ ਜਿਹੜੀ ਬੱਚਿਆਂ ਨੂੰ ਹੈਗਾ ਕਿ ਬੱਚਿਆਂ ਨੂੰ ਕਿੰਨੀ ਮਿਹਨਤ ਦੀ ਲੋੜ ਆ ਜਾਂ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ ਨੇ ਜਾਂ ਸਮਾਜ ਦੇ ਵਿੱਚ ਕੁਝ ਪਖੰਡਵਾਦ ਚੱਲਦਾ ਉਹ ਤੋਂ ਦੂਰ ਕੀਤਾ ਜਾਵੇ ਜਾਂ ਉਹਨਾਂ ਨੂੰ ਸੁਚੇਤ ਕੀਤਾ ਜਾਵੇ। ਸਾਰੇ ਸਕੂਲ ਹੀ ਹੈ ਨਾ ਵਿੱਦਿਆ ਦਿੰਦੇ ਆ, ਮਤਲਬ ਪੜ੍ਹਾਈ ਕਰਾਉਂਦੇ ਆ, ਪਰ ਅਸੀਂ ਮੈਨੂੰ ਲੱਗਦਾ ਕਿ ਸ਼ਾਇਦ ਕੁਛ ਜ਼ਿਆਦਾ ਜ਼ੋਰ ਲਵਾਉਂਦੇ ਹਾਂ ਜਾਂ ਸਾਡੇ ਕੋਲ ਫੈਸਿਲਿਟੀਜ਼ ਹੈਗੀਆਂ ਲਾਈਕ ਡੇ ਬੋਰਡਿੰਗ ਸਾਡਾ ਸਕੂਲ ਹੈਗਾ ਜੀ ਅਤੇ ਬੱਚਿਆਂ ਦਾ ਹੋਮਵਰਕ ਵਗੈਰਾ ਅਸੀਂ ਇੱਥੇ ਹੀ ਕਰਵਾਉਂਦੇ ਹਾਂ ਜਾਂ ਅਸੀਂ ਉਹ ਬੱਚੇ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ ਅਸੀਂ ਇੱਥੇ ਬਿਨਾਂ ਕਿਸੇ ਕੀਮਤ ਤੋਂ ਉਹਨਾਂ ਨੂੰ ਵੱਖਰਾ ਪੜ੍ਹਾਇਆ ਜਾਂਦਾ। ਇਹ ਬਾਬਾ ਗੰਡਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 15th ਐਨੂਅਲ ਡੇ ਸੈਲੀਬ੍ਰੇਸ਼ਨ ਹੋ ਰਹੀ ਹੈ ਅੱਜ। ਇੱਕ ਬਹੁਤ ਹੀ ਵਧੀਆ ਮਤਲਬ ਈਵੈਂਟ ਹੁੰਦਾ, ਹਰੇਕ ਸਾਲ ਦੇ ਵਿੱਚ ਇੱਕ ਐਨੂਅਲ ਡੇ ਮਨਾਇਆ ਜਾਂਦਾ ਜਦੋਂ ਕਿ ਸਾਰੇ ਬੱਚੇ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਉਂਦੇ ਆ। ਇੱਥੇ ਹਰੇਕ ਤਰੀਕੇ ਦੇ ਈਵੈਂਟਸ ਹੁੰਦੇ ਆ ਜਿਵੇਂ ਹਰੇਕ ਸਟੇਟ ਦਾ ਡਾਂਸ ਹੋ ਗਿਆ, ਸਕਿੱਟਸ ਹੋ ਗਈਆਂ, ਸੌਂਗ ਪਰਫੋਰਮੈਂਸਿਸ ਹੋ ਗਈਆਂ ਅਤੇ ਇਹਦੇ ਵਿੱਚ ਪੰਜਾਬੀ ਕਲਚਰ ਨਾਲ ਵੀ ਆਪਾਂ ਨੂੰ ਜੋੜਦੇ ਜਿਵੇਂ ਕਿ ਹੁਣ ਅਸੀਂ ਗਿੱਧਾ ਕਰਨ ਜਾ ਰਹੇ ਹਾਂ ਅੱਜ। ਅਤੇ ਇਹਦੇ ਵਿੱਚ ਜਿਹੜੇ ਵੀ ਅਕੈਡਮਿਕ ਪੂਰੇ ਅਕੈਡਮਿਕ ਦੇ ਪ੍ਰਾਈਜ਼ ਵਗੈਰਾ ਹੁੰਦੇ ਨੇ ਉਹਨਾਂ ਉਹ ਬੱਚਿਆਂ ਨੂੰ ਵੀ ਐਪਰੀਸ਼ੀਏਟ ਕੀਤਾ ਜਾਂਦਾ। ਅਤੇ ਇਹ ਫੰਕਸ਼ਨ ਦੇ ਵਿੱਚ ਪੇਰੈਂਟਸ ਅਤੇ ਟੀਚਰਸ ਦੀ ਇੱਕ ਕਮਿਊਨੀਕੇਸ਼ਨ ਵੀ ਬਣਦੀ, ਇੱਕ ਵਧੀਆ ਬੌਂਡਿੰਗ ਬਣਦੀ ਆ। ਗੰਡਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਾਂਗੜੀ ਅਮਰਗੜ੍ਹ ਤੋਂ ਇਹ ਪ੍ਰੋਗਰਾਮ ਕਰਾਇਆ ਗਿਆ ਮਲਵਈ ਗਿੱਧਾ ਅਤੇ ਬਹੁਤ ਕੀ ਪ੍ਰੋਗਰਾਮ 'ਤੇ ਬਹੁਤ ਜ਼ਿਆਦਾ ਵਿਰਸੇ ਨਾਲ ਜੁੜਨ ਦੇ ਮਤਲਬ ਮਿਲਿਆ ਅਤੇ ਵੱਖੋ ਵੱਖ ਹੋਰ ਵੀ ਬਹੁਤ ਕਰਾ ਰਹੇ ਨੇ ਮਤਲਬ ਵੀ ਪ੍ਰੋਗਰਾਮ ਕਰ ਰਹੇ ਨੇ, ਪਾਰਟੀਸਪੇਟ ਕਰ ਰਹੇ ਨੇ।